ਜੇ ਕਿਸੇ ਦਾ ਫੁੱਦੂ ਖਿੱਚਣਾ ਹੋਵੇ ਨਾ ਤਾਂ ਉਹਨੂੰ ਪੈਨਿਕ ਕਰ ਦਿਓ, ਬੰਦਾ ਆਪਣੇ ਆਪ ਗਲਤ ਡਿਸੀਜਨ ਲੈ ਲੇਗਾ। ਉਦਾਂ ਹੀ ਰੌਲਾ ਪਾ ਦਿਓ ਕਿ ਸਾਰੇ ਰੂਲਸ ਚੇਂਜ ਹੋ ਗਏ, ਹੁਣ ਇੱਥੇ ਕੁਛ ਨਹੀਂ ਰਿਹਾ, ਜਾਂ ਫਿਰ ਇਹ ਕਹਿਣਾ ਲੱਗ ਜਾਓ ਕਿ ਤੁਹਾਡੀ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ, ਤੁਹਾਨੂੰ PR ਨਹੀਂ ਮਿਲਣੀ, ਬਲਾ ਬਲਾ ਬਲਾ। ਰਿਐਲਿਟੀ ਕੀ ਆ ਤੇ ਡਰਾਮਾ ਕਿਸ ਚੀਜ਼ ਦਾ ਆ, ਜੇ ਇਹ ਜਾਣਨਾ ਆ ਕਿ ਕਿਊਬਿਕ ਦੇ ਵਿੱਚ ਰੂਲਸ ਦੇ ਵਿੱਚ ਐਕਚੁਅਲ 'ਚ ਕੀ ਚੇਂਜ ਆਇਆ ਤੇ ਕੌਣ ਹੋਵੇਗਾ ਇਹਦੇ ਨਾਲ ਇਫੈਕਟਡ। ਅੱਜ ਕਰਦੇ ਹਾਂ ਜੀ ਗੱਲ ਇਸੇ ਵਿਸ਼ੇ ਤੇ। ਚੈੱਕ ਚੈੱਕ, ਮੈਂ ਹਜੋਨੀ ਹੰਸ ਤੇ ਲਓ ਜੀ ਹਾਜ਼ਰ ਹਾਂ ਲੈ ਕੇ ਅੱਜ ਦਾ ਇਹ ਵਲੌਗ। ਵੈਸੇ ਗੱਲ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਆ ਬਹੁਤ ਸਾਰੇ ਦੋਸਤਾਂ ਨੇ ਯੂਟਿਊਬ ਦੇ ਉੱਤੇ ਜਾਂ ਫਿਰ ਵਲੌਗਸ ਦੇ ਰਾਹੀਂ, ਉਹ ਸਟੂਡੈਂਟਸ ਨੂੰ ਇਹ ਕਹਿ ਰਹੇ ਨੇ ਕਿ ਹਾਂ ਯਾਰ ਹੁਣ ਜੇ ਤੁਸੀਂ ਕੁਛ ਕਾਲਜ ਦੇ ਵਿੱਚ ਚੇਂਜ ਆ ਗਿਆ, ਕੁਛ ਪ੍ਰੋਗਰਾਮਸ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਡਾਇਰੈਕਟ PR ਕਿਊਬਿਕ ਜਿਹੜੀ ਇਮੀਗ੍ਰੇਸ਼ਨ ਸਿਸਟਮ ਆ ਉਹਨਾਂ ਨੇ ਖਤਮ ਕਰ ਦਿੱਤੀ। ਇਹਦਾ ਮਤਲਬ ਕਿ ਜੇ ਇਹ ਜਿਹੜੇ ਕੋਰਸਿਸ ਨੇ ਦੂਸਰੀਆਂ ਸਟੇਟਸ ਦੇ ਵਿੱਚ ਵੈਲਿਡ ਨਹੀਂ ਆ, ਫਿਊਚਰ ਖਤਮ ਹੋ ਗਿਆ ਤੁਹਾਡਾ, ਉਸ ਪਰਟੀਕੁਲਰ ਕਾਲਜ ਦੇ ਵਿੱਚ ਕਰੀਅਰ ਖਤਮ ਹੋ ਜਾਊਗਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਸੁਣਨ 'ਚ ਆ ਰਹੀਆਂ ਨੇ ਇਹ 110% ਸਹੀ ਨਹੀਂ ਆ। ਉਹ ਇਸ ਕਰਕੇ ਕਿਉਂਕਿ ਬਿਲਕੁਲ ਕਿਊਬਿਕ ਨੇ ਆਪਣੀ ਇੱਕ ਨਵੀਂ ਲਿਸਟ ਜਾਰੀ ਕੀਤੀ ਆ, ਜਿਹੜੀ ਕਿ ਉਹ ਲਿਸਟ ਆ ਉਹਨਾਂ ਕੋਰਸਿਸ ਦੀ ਜਿਨ੍ਹਾਂ ਦੇ ਵਿੱਚ ਤੁਸੀਂ ਸਟੱਡੀ ਕੰਪਲੀਟ ਕਰਕੇ ਰਾਈਟ ਵੇ PR ਲਾ ਸਕਦੇ ਹੋ। ਉਹਦੇ ਵਿੱਚ ਬਹੁਤ ਸਾਰੇ ਕੋਰਸਿਸ ਉਹਨਾਂ ਨੇ ਚੱਕ ਲਏ ਨੇ, ਨਵੇਂ ਕੋਰਸਿਸ ਐਡ ਕਰ ਦਿੰਦੇ ਨੇ, ਯਾਨੀ ਰਿਵਾਈਜ਼ ਲਿਸਟ ਉਹਨਾਂ ਨੇ ਇਸ਼ੂ ਕੀਤੀ ਆ ਅਤੇ ਕੁਝ ਕੀਤੇ ਨੇ ਚੇਂਜਿਸ, ਪਰ ਉਹਨਾਂ ਚੇਂਜਿਸ ਦੇ ਵਿੱਚ ਜਿਹੜਾ ਇਫੈਕਟ ਹੋਣ ਵਾਲਾ ਸਟੂਡੈਂਟਸ ਤੋਂ ਐਡਾ ਵੀ ਡਰਾਸਟਿਕ ਨਹੀਂ ਆ ਕਿ ਤੁਹਾਡਾ ਕਰੀਅਰ ਬਿਲਕੁਲ ਕਰੀਅਰ ਪਾਥ ਚੇਂਜ ਹੋ ਜਾਊਗਾ ਜਾਂ ਤੁਹਾਡੀ PR ਰੁਕ ਜੂਗੀ ਉਹਦੇ ਨਾਲ ਜਾਂ ਤੁਹਾਨੂੰ ਕਿਸੇ ਹੋਰ ਸਟੇਟ 'ਚ ਰਾਈਟ ਵੇ ਮੂਵ ਕਰਨਾ ਹੋਊਗਾ, ਇਹੋ ਜਿਹਾ ਕੁਛ ਨਹੀਂ ਹੋਣ ਵਾਲਾ। ਜੇ ਤੁਸੀਂ ਸੀਰੀਅਸਲੀ ਕਿਊਬਿਕ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ ਜਾ ਕੇ ਦੇਖੋ ਤੇ ਤੁਸੀਂ ਇਹ ਜ਼ਰੂਰ ਸਮਝ ਲਓ ਕਿ ਨੰਬਰ 1 ਜਿਹੜਾ ਕੁਐਸਚਨ ਆ ਰਿਹਾ ਕਿ ਜਿਹੜੇ ਐਗਜ਼ਿਸਟਿੰਗ ਸਟੂਡੈਂਟਸ ਨੇ ਵੱਖ ਵੱਖ ਕਾਲਜਿਸ, ਆਈ ਐਮ ਨਾਟ ਟਾਕਿੰਗ ਅਬਾਊਟ ਐਨੀ ਪਰਟੀਕੁਲਰ ਕਾਲਜ, ਜਿੰਨੇ ਵੀ ਤੁਸੀਂ ਕਾਲਜਿਸ ਜਿਹੜੇ DLI ਅਪਰੂਵ ਨੇ, ਉਹਨਾਂ ਸਰਟੀਫਾਈਡ ਜਿਹੜੇ ਕਾਲਜਿਸ ਨੇ, ਜੇ ਤੁਸੀਂ ਉਹਨਾਂ 'ਚ ਪੜ੍ਹਦੇ ਹੋ ਇੱਕ ਪਰਟੀਕੁਲਰ ਟਾਈਮ, ਜੋ ਵੀ ਤੁਹਾਡਾ ਜੇ 2 ਸਾਲ ਪੜ੍ਹਦੇ ਹੋ 3 ਸਾਲ ਦਾ ਵਰਕ ਪਰਮਿਟ ਮਿਲਣਾ, 1 ਸਾਲ ਪੜ੍ਹਦੇ ਹੋ ਤਾਂ 1 ਸਾਲ ਦਾ ਵਰਕ ਪਰਮਿਟ ਮਿਲਣਾ, ਜੋ ਵੀ ਉਹਨਾਂ ਦੀ ਤੁਹਾਨੂੰ ਪਤਾ ਐਗਜ਼ਿਸਟਿੰਗ ਰੂਲਸ ਆ, ਉਹਨਾਂ ਨੂੰ ਵਰਕ ਪਰਮਿਟ ਜ਼ਰੂਰ ਮਿਲਣਾ ਹੈ। ਅਤੇ ਜਿੱਥੇ ਇਹ ਗੱਲ PR ਦੀ, ਸੋ DVS DEP ਦੇ ਕੁਛ ਇਹੋ ਜਿਹੇ ਕੋਰਸਿਸ ਨੇ ਜਿਨ੍ਹਾਂ ਵਿੱਚ ਸਟੱਡੀ ਤੋਂ ਬਾਅਦ ਰਾਈਟ ਅਵੇ PR ਸੀ, ਹੁਣ ਉਹ PR ਦਾ ਜਿਹੜਾ ਸਿਸਟਮ ਆ ਉਹਨਾਂ ਨੇ ਖਤਮ ਕਰ ਦਿੱਤਾ, ਹੁਣ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਲੈਣ ਤੋਂ ਬਾਅਦ ਤੁਸੀਂ PR ਆਪਣੀ ਫਾਈਲ ਕਰ ਸਕਦੇ ਹੋ। ਫ੍ਰੈਂਚ, ਜੇ ਤੁਸੀਂ ਹੁਣ ਇਹ ਕਈ ਲੋਕ ਕਹਿੰਦੇ ਨੇ ਕਿ ਯਾਰ ਹੁਣ ਫ੍ਰੈਂਚ ਕਰਨ ਦਾ ਫਾਇਦਾ ਨਹੀਂ, ਬਿਲਕੁਲ ਇਹ ਵੀ ਗਲਤ ਆ ਕਿਉਂਕਿ ਫ੍ਰੈਂਚ ਇਜ਼ ਸਟਿਲ ਈਕੁਅਲੀ ਇੰਪੋਰਟੈਂਟ। ਅਤੇ ਜੇ ਤੁਸੀਂ ਆਲਰੇਡੀ ਯੂਨੋ ਫ੍ਰੈਂਚ ਪੜ੍ਹ ਰਹੇ ਹੋ, ਦੈਨ ਪਲੀਜ਼ ਮੇਕ ਸ਼ੋਰ ਯੂ ਕੰਟੀਨਿਊ ਯੋਰ ਕੋਰਸ, ਕਿਉਂਕਿ ਫ੍ਰੈਂਚ ਦੀ ਵੈਲਿਊ ਕਿਵੇਂ ਚੋਂ ਕਦੀ ਖਤਮ ਨਹੀਂ ਹੋ ਸਕਦੀ। ਉਹ ਇਸ ਕਰਕੇ ਬਿਕੋਜ਼ ਇਟ ਹੈਜ਼ ਸੋ ਮਚ ਆਫ ਪੁਆਇੰਟਸ, ਪਲੱਸ ਇਹਨੇ ਤੁਹਾਡੇ ਕਿੰਨੇ ਸਾਰੇ ਹੋਰ ਦਰਵਾਜ਼ੇ ਖੋਲ੍ਹ ਦੇਣੇ ਆ ਆਪਸ਼ਨਸ ਤੁਹਾਡੀ ਜੋਬ ਲਈ, ਤੁਹਾਡੇ ਕਰੀਅਰ ਲਈ, ਜਿਹੜੇ ਆਈ ਐਮ ਸ਼ੋਰ ਤੁਸੀਂ ਇੱਕ ਦਿਨ ਜੇ ਇਸ ਵੀਡੀਓ ਨੂੰ ਦੇਖ ਕੇ ਨਾ ਫ੍ਰੈਂਚ ਕੰਟੀਨਿਊ ਰੱਖੋਗੇ, ਯੂ ਵਿਲ ਬੀ ਰੀਅਲੀ ਥੈਂਕਫੁਲ ਟੂ ਅਸ ਕਿ ਯਾਰ ਅਸੀਂ ਇਹ ਗੱਲ ਕਹੀ ਸੀ। ਚਲੋ ਜੇ ਕਿਸੇ ਦਾ ਫਾਇਦਾ ਹੋ ਰਿਹਾ, ਆਈ ਡੋਂਟ ਥਿੰਕ ਸੋ ਇਟ ਹਰਟਸ ਅਸ। ਸੋ ਮੇਰੀ ਪਰਸਨਲ ਇਹੀ ਰੈਕਮੈਂਡੇਸ਼ਨ ਆ ਕਿ ਜਿਹੜੇ ਦੋਸਤ ਫ੍ਰੈਂਚ ਕਰਦੇ ਨੇ, ਪਲੀਜ਼ ਕੀਪ ਸਟੱਡਿੰਗ ਇਟ, ਇਟਸ ਨੋਟ ਗਨਾ ਓਨਲੀ ਹੈਲਪ ਯੂ ਇਨ PR, ਬਟ ਇਟਸ ਆਲਸੋ ਗਨਾ ਹੈਲਪ ਯੂ ਟੂ ਹੈਵ ਅ ਸਕਸੈਸਫੁਲ ਕਰੀਅਰ ਇਨ ਕੈਨੇਡਾ, ਬਿਕੋਜ਼ ਇਟਸ ਆਲਮੋਸਟ ਲਾਈਕ ਯੂ ਨੋ ਇਟਸ ਦੀ ਓਫੀਸ਼ੀਅਲ ਲੈਂਗੁਏਜ ਆਫ ਕੈਨੇਡਾ। ਹਰ ਗਵਰਨਮੈਂਟ ਜੋਬ ਦੇ ਵਿੱਚ ਤੁਹਾਨੂੰ ਹੈਲਪ ਕਰੇਗੀ, ਅਡੀਸ਼ਨਲ ਸਕਿੱਲਸ ਹੋਣਗੀਆਂ, ਪਲੱਸ ਤੁਹਾਡੇ ਪੁਆਇੰਟਸ ਇੰਨੇ ਹੋ ਜਾਂਦੇ ਉਹਦੇ ਨਾਲ ਕਿ ਤੁਹਾਡੀ PR ਲੱਗ ਸਕਦੀ ਆ। ਹੁਣ ਸਿਰਫ ਫਰਕ ਇੰਨਾ ਕੁ ਆਇਆ ਵੀਰੇ ਕਿ ਜੇ ਤੁਸੀਂ ਪਹਿਲਾਂ ਵਿਦਆਊਟ ਇੱਕ ਵਰਕ ਐਕਸਪੀਰੀਅੰਸ ਤੋਂ ਜਿਹੜੀ ਤੁਹਾਡੀ ਫਾਈਲ ਲੱਗਣੀ ਸੀ ਉਹ 1 ਸਾਲ ਦਾ ਵਰਕ ਐਕਸਪੀਰੀਅੰਸ ਲੱਗ ਜੂਗਾ। ਹੋਰ ਇੱਕ ਹੋਰ ਦੋਸਤ ਨੇ ਕਿਹਾ ਕਿ ਯਾਰ ਬੜੀ ਕਨਫਿਊਜ਼ਨ ਆ ਹੁਣ ਜਦੋਂ ਕੋਈ ਸਾਡਾ ਸਪਾਊਸ ਆਉਂਦਾ ਹੈ ਜਾਂ ਫਿਰ ਕੋਈ ਆਊਗਾ ਕਿ ਉਹਨਾਂ ਨੂੰ ਯੂਨੋ ਜਿਹੜਾ CSQ ਮਿਲ ਪਾਊਗਾ ਜਾਂ ਕੀ ਆ, ਜਾਂ ਵੈਲਿਊ ਟੈਸਟ ਜਿਹੜਾ ਆ ਰਿਹਾ ਉਹਦਾ ਕੀ ਸੀ ਨਾ। ਉਹ ਵੀ ਸਿੰਪਲ ਜੀ ਗੱਲ ਆ ਕਿ ਜਿਹੜੇ CAQ ਤੇ ਵੈਸੇ ਜਿੱਦਾਂ ਤੁਸੀਂ ਪੜ੍ਹਦੇ ਹੋ ਤੁਸੀਂ ਆਪਣੇ ਸਪਾਊਸ ਨੂੰ ਸੱਦਦੇ ਹੋ, ਉਹ ਤੁਹਾਡੇ ਨਾਲ ਵੈਸੇ ਆ ਸਕਦੇ ਨੇ, ਪਰ ਜੇ ਤੁਸੀਂ ਯੂਨੋ ਜਦੋਂ ਤੁਸੀਂ CSQ ਦੀ ਫਾਈਲ ਲਾਉਣੀ ਆ, ਇੱਕ ਤਾਂ ਹੈ ਕਿ ਤੁਹਾਨੂੰ ਇੱਕ ਵੈਲਿਊ ਟੈਸਟ ਜਿਹੜਾ ਹੁੰਦਾ, ਜਿਹੜਾ ਸਿੰਪਲ ਜਿੱਦਾਂ ਯਾਰ ਕੈਨੇਡਾ ਦੀ ਸਿਟੀਜ਼ਨਸ਼ਿਪ ਮਿਲਦੀ ਆ ਤਾਂ ਸਿਟੀਜ਼ਨਸ਼ਿਪ ਟੈਸਟ ਹੁੰਦਾ, ਇੱਦਾਂ ਹੀ ਕਿਊਬਿਕ ਦੇ ਵਿੱਚ CSQ ਮਿਲਣ ਦੇ ਤੋਂ ਪਹਿਲਾਂ ਤੁਹਾਨੂੰ ਇੱਕ ਸਿੰਪਲ ਕਿਊਬਿਕ ਵੈਲਿਊ ਸਿਸਟਮ ਦਾ ਟੈਸਟ ਦੇਣਾ ਪੈਣਾ। ਹੁਣ 2 ਸਾਲ ਤੁਸੀਂ ਇੱਕ ਸਟੇਟ 'ਚ ਰਹਿੰਦੇ ਹੋ, ਇੱਕ ਸ਼ਹਿਰ 'ਚ ਰਹਿੰਦੇ ਹੋ, ਇੰਨਾ ਤਾਂ ਪਤਾ ਹੋਣਾ ਨਾ ਯਾਰ ਕੀ ਉੱਥੇ ਇਕੁਐਲਿਟੀ ਦਾ ਹਿਸਾਬ ਕਿਤਾਬ ਆ, ਕਿ ਉੱਥੇ ਯੂਨੋ ਗੇ ਮੈਰਿਜ ਅਲਾਊਡ ਆ ਜਾਂ ਨਹੀਂ ਅਲਾਊਡ, ਜਾਂ ਫਿਰ ਇਹ ਕਿ ਕਿਊਬਿਕ ਦੇ ਵਿੱਚ ਸੈਕੂਲਰਿਜ਼ਮ ਨੂੰ ਲੈ ਕੇ ਕੀ ਆ, ਇਹ
ਅੱਠ ਦਸ ਗੱਲਾਂ ਜਿਹੜੀਆਂ ਹਰ ਬੰਦੇ ਨੂੰ ਤਕਰੀਬਨ ਪਤਾ ਲੱਗ ਹੀ ਜਾਂਦੀਆਂ ਜਦੋਂ ਤੁਸੀਂ ਆਲਮੋਸਟ 2 ਸਾਲ ਇੱਕ ਪ੍ਰੋਵਿੰਸ 'ਚ ਰਹਿੰਦੇ ਹੋ, 2 ਸਾਲ ਇੱਕ ਸਿਟੀ 'ਚ ਰਹਿੰਦੇ ਹੋ। ਇਹੀ ਕੁਛ ਵੈਲਿਊ ਸਿਸਟਮ ਦਾ ਜਿਹੜਾ ਵੈਲਿਊ ਟੈਸਟ ਆ, ਇਹੋ ਜਿਹਾ ਟੈਸਟ ਤੁਹਾਨੂੰ ਦੇਣਾ ਪੈਣਾ ਆ। ਸੋ ਆਈ ਡੋਂਟ ਥਿੰਕ ਸੋ ਕਿ ਐਡੀ ਵੱਡੀ ਗੱਲ ਆ। ਤੁਸੀਂ ਆਪ ਸੋਚੋ ਕਿ ਜਿਹੜੇ ਸੱਜਣ ਮਿੱਤਰ ਐਡੀਆਂ ਐਡੀਆਂ ਡਿਗਰੀਆਂ ਕਰ ਲੈਂਦੇ ਨੇ ਇੰਡੀਆ ਵਰਗੀ ਕੰਪੈਟੀਟਿਵ ਐਜੂਕੇਸ਼ਨ ਸਿਸਟਮ ਦੇ ਵਿੱਚ, ਆਇਲਸ ਕਰ ਲੈਂਦੇ ਨੇ, ਹੋਰ ਪਤਾ ਨਹੀਂ ਕਿੰਨਾ ਕੁ ਨਿੱਕੜ ਸੁੱਕੜ ਆਪਾਂ ਕੀਤਾ ਹੋਇਆ ਹੁੰਦਾ, ਤੇ ਆ ਵੈਲਿਊ ਸਿਸਟਮ ਵਾਲਾ ਟੈਸਟ ਕਿਹੜੀ ਵੱਡੀ ਗੱਲ ਆ, ਕਰ ਲਉਂਗੇ ਨਾ ਸਰ, ਬਸ ਗੱਲ ਖਤਮ। ਤੇ ਦੂਜੀ ਗੱਲ ਹੁਣ ਸਿੰਪਲ ਇੱਕ ਤੁਹਾਨੂੰ ਹੋਰ ਦੱਸ ਦਿੰਦੇ ਕਿ ਜਦੋਂ ਤੁਸੀਂ ਪੜ੍ਹਾਈ ਕੀਤੀ ਆ 2 ਸਾਲ, ਆਈ ਐਮ ਸ਼ੋਰ ਯੂ ਕੈਨ ਫਾਈਂਡ ਆਊਟ ਅ ਜੋਬ। ਐਡਾ ਸਿਟੀ ਆ, ਐਡੀ ਪ੍ਰੋਵਿੰਸ ਆ ਕਿ ਤੁਹਾਨੂੰ ਜੋਬ ਨਾ ਲੱਭੂਗੀ। ਜਦੋਂ ਤੁਹਾਡੇ 1 ਸਾਲ ਦੀ ਤੁਹਾਡੀ ਵਰਕ ਐਕਸਪੀਰੀਅੰਸ ਹੋ ਗਿਆ, ਤੁਹਾਡੇ ਕੋਲ ਇਨਫ ਪੁਆਇੰਟਸ ਹੋਣੇ ਆ ਕਿ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ PR ਦੀ, ਨਹੀਂ ਤਾਂ ਫਿਰ ਜਿਵੇਂ ਤੁਸੀਂ ਨਿਊ ਬ੍ਰੰਜ਼ਵਿਕ ਵਗੈਰਾ ਸਟੇਟਸ ਨੇ, ਉਹਨਾਂ ਵਿੱਚ ਜੇ 6 ਮੰਥਸ ਦੀ ਤੁਹਾਡੀ ਵਰਕ ਐਕਸਪੀਰੀਅੰਸ ਹੋਇਆ ਤਾਂ ਤੁਸੀਂ ਐਲੀਜੀਬਲ ਹੋ ਜਾਣੇ। ਮੇਰੇ ਕਹਿਣ ਦਾ ਮਤਲਬ ਇਹ ਕਿ ਇੰਨਾ ਪੈਨਿਕ ਹੋਣ ਦੀ ਲੋੜ ਨਹੀਂ ਆ ਜਿੰਨਾ ਆਪਾਂ ਪੈਨਿਕ ਹੋ ਰਹੇ ਹਾਂ। ਦੂਜੀ ਗੱਲ, ਬਹੁਤ ਸਾਰੇ ਏਜੰਟਸ, ਬਹੁਤ ਸਾਰੇ ਕੰਸਲਟੈਂਟ ਤੁਹਾਨੂੰ ਜਾਣ ਕੇ ਪੈਨਿਕ ਕਰ ਰਹੇ ਨੇ। ਹੁਣ ਤੁਹਾਨੂੰ ਇਹ ਵੀ ਗੱਲ ਸਮਝ ਲੱਗ ਜਾਣੀ ਕਿ ਜੇ ਤੁਸੀਂ ਪੈਨਿਕ ਹੋਊਂਗੇ ਤਾਂ ਦੇਰ ਆਰ ਚਾਂਸਿਸ ਕਿ ਤੁਸੀਂ ਜਾਂ ਤਾਂ ਕਾਲਜ ਚੇਂਜ ਕਰਨ ਨੂੰ ਦੌੜੋਂਗੇ ਜਾਂ ਸਟੇਟ ਚੇਂਜ ਕਰਨ ਨੂੰ ਦੌੜੋਂਗੇ, ਜਿਹਦੇ ਵਿੱਚ ਜਿਹੜੇ ਤੁਹਾਨੂੰ ਪੈਨਿਕ ਕਰ ਰਹੇ ਨੇ ਉਹਨਾਂ ਦਾ ਸਿੱਧਾ ਫਾਇਦਾ ਆ, ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਆਈ ਐਮ ਸ਼ੋਰ ਤੁਹਾਨੂੰ ਪਤਾ ਲੱਗ ਗਿਆ। ਸੋ ਕਦੀ ਵੀ ਹੈਵ ਟਰਸਟ ਇਨ ਦਾ ਸਿਸਟਮ, ਹੈਵ ਟਰਸਟ ਔਨ ਯੋਰ ਕਾਲਜ, ਹੈਵ ਟਰਸਟ ਔਨ ਯੋਰ ਇੰਟਾਇਰ ਸਿਸਟਮ ਔਰ ਦਾ ਕੰਟਰੀ ਜਿੱਥੇ ਤੁਸੀਂ ਆਲਰੇਡੀ ਪੜ੍ਹਨ ਆ ਰਹੇ ਹੋ। ਦੂਜੀ ਗੱਲ ਵੀਰੇ, ਆਪਾਂ ਨੂੰ ਅੱਜ ਕੱਲ੍ਹ ਚੀਜ਼ਾਂ ਨਾ ਬਹੁਤ ਈਜ਼ੀਲੀ ਮਿਲ ਜਾਂਦੀਆਂ, ਇਸ ਕਰਕੇ ਆਪਾਂ ਪਰੇਸ਼ਾਨ ਵੀ ਜਲਦੀ ਹੋ ਜਾਂਦੇ। ਤੁਹਾਨੂੰ ਵੀ ਪਤਾ ਆ ਕਿ ਜਦੋਂ ਪਹਿਲਾਂ ਇਮੀਗ੍ਰੇਸ਼ਨ ਹੁੰਦੀ ਸੀ ਬਹੁਤ ਔਖੇ ਹੋ ਕੇ ਬੰਦਾ ਕੈਨੇਡਾ ਆਉਂਦਾ ਸੀ ਅਤੇ ਉਹਨੂੰ ਉਹਦੀ ਵੈਲਿਊ ਵੀ ਹੁੰਦੀ ਸੀ। ਹੁਣ ਚੱਲ ਆਪਾਂ ਨੂੰ ਜ਼ਰਾ ਜਲਦੀ ਮਿਲ ਜਾਂਦਾ ਵੀਜ਼ਾ ਜਾਂ ਵਟ ਐਵਰ, ਬਟ ਦੈਨ ਵੀ ਆਲਸੋ ਹੈਵ ਟੂ ਬੀ ਥੈਂਕਫੁਲ ਕਿ ਯਾਰ ਹੁਣ ਘੱਟੋ ਘੱਟ 20 ਘੰਟੇ ਦਾ ਤਾਂ ਵਰਕ ਪਰਮਿਟ ਮਿਲਦਾ, ਉਹ ਵੀ ਤੁਹਾਡੇ ਕੋਲ ਆ। ਹੁਣ ਤੁਹਾਨੂੰ ਫੁੱਲ ਫਲੈਜ ਕਿਹੋ ਇਹੋ ਜਿਹੇ ਵੀ ਕੋਰਸਿਸ ਜਾਂ ਕਾਲਜਿਸ ਹੈਗੇ ਆ ਜਿਹੜੇ ਪੜ੍ਹਨ ਲਈ ਤਾਂ ਸੱਦ ਲੈਂਦੇ ਨਿਆਣਿਆਂ ਨੂੰ, ਮੁੜ ਕੇ ਵਰਕ ਪਰਮਿਟ ਨਹੀਂ ਦਿੰਦੇ। ਪਰ ਜੇ ਤੁਹਾਨੂੰ ਸਾਰਿਆਂ ਨੂੰ ਵਰਕ ਪਰਮਿਟ ਮਿਲਣ ਦੀ ਅਸ਼ੋਰਿਟੀ ਆ ਇਮੀਗ੍ਰੇਸ਼ਨ ਵੱਲੋਂ, ਦੈਨ ਆਈ ਡੋਂਟ ਥਿੰਕ ਸੋ ਕਿ ਇੰਨਾ ਵਰੀ ਕਰਨ ਦੀ ਲੋੜ ਆ। ਨਾਲੇ ਦੂਜੀ ਗੱਲ, ਜਿੱਥੇ ਤੁਸੀਂ ਕੋਰਸਿਸ 'ਚ ਹੋ, ਜਿਹੜੇ ਕਾਲਜ 'ਚ ਹੋ, ਕੰਟੀਨਿਊ ਸਟੱਡਿੰਗ, ਐਟਲੀਸਟ ਫਿਨਿਸ਼ ਆਫ ਯੋਰ ਕੋਰਸ। ਉਸ ਤੋਂ ਬਾਅਦ ਯੂ ਨੈਵਰ ਨੋ, ਅਗਲੇ 6 ਮਹੀਨੇ ਤੱਕ ਜਿਹੜਾ ਕੋਰਸ ਦੀ ਅੱਜ ਥੋੜ੍ਹੇ ਪੁਆਇੰਟ ਘੱਟ ਗਏ ਨੇ ਉਹੀ ਪੁਆਇੰਟ ਉਹ ਦੁਬਾਰਾ ਚੱਕ ਦੇਣ, ਐਬਸੋਲੂਟ ਦੇਰ ਇਜ਼ ਅ ਪੋਸੀਬਿਲਿਟੀ ਐਂਡ ਪ੍ਰੋਬੇਬਿਲਿਟੀ। ਸੋ ਫਿਰ ਕਿਹੜੀ ਗੱਲ ਤੋਂ ਵਰੀ ਕਰਨਾ। ਸੋ ਇਹ ਕੁਛ ਚੀਜ਼ਾਂ ਨੇ ਜਿਹੜੀਆਂ ਛੋਟੇ ਮੋਟੇ ਚੇਂਜਿਸ ਆਏ ਜ਼ਰੂਰ ਆ, ਚੇਂਜ ਇਜ਼ ਅ ਲਾਅ ਆਫ ਨੇਚਰ ਜਿਵੇਂ ਕਹਿ ਸਕਦੇ ਹਾਂ। ਮੈਨੂੰ ਹੋਰ ਕੋਈ ਵਧੀਆ ਯਾਰ ਐਗਜ਼ਾਮਪਲ ਹੀ ਮਿਲੀ, ਮਤਲਬ ਚੇਂਜ ਇਜ਼ ਪਰਟੀਨੈਂਟ, ਹਰ ਕੰਟਰੀ ਦੇ ਵਿੱਚ ਕੁਛ ਨਾ ਕੁਛ ਚੇਂਜ ਹੁੰਦਾ ਹੈ, ਆਪਣੀ ਲਾਈਫ ਦੇ ਵਿੱਚ ਚੇਂਜ ਹੁੰਦਾ ਹੈ। ਨਾਲੇ ਕਦੀ ਇੱਕ ਅੱਧਾ ਰੂਲ ਉੱਪਰ ਥੱਲੇ ਹੋ ਗਿਆ ਤਾਂ ਤੁਹਾਡਾ ਕਰੀਅਰ ਪਾਥ ਉਹਦੇ ਨਾਲ ਬਦਲਣ ਨਹੀਂ ਲੱਗਾ। ਟਿਲ ਦਾ ਟਾਈਮ ਤੁਸੀਂ ਫੋਕਸਡ ਹੋ, ਤੁਹਾਨੂੰ ਪਤਾ ਤੁਸੀਂ ਪੜ੍ਹਾਈ ਕਰ ਰਹੇ ਹੋ, ਤੁਹਾਨੂੰ ਪਤਾ ਤੁਸੀਂ ਫਰੈਂਚ ਸਿੱਖ ਰਹੇ ਹੋ, ਤੁਹਾਨੂੰ ਪਤਾ ਤੁਸੀਂ ਆਪਣੀ ਜੋਬ ਓਪਰਚੁਨਿਟੀਜ਼ ਲੱਭ ਰਹੇ ਹੋ, ਮਤਲਬ ਇਹ ਆ ਕਿ ਐਲਾ ਸਵੇਲਾ ਅਵਾਰਾ ਗਰਦੀ 'ਤੇ ਟਾਈਮ ਨਾ ਵੇਸਟ ਕਰਕੇ ਤੁਸੀਂ ਆਪਣੀਆਂ ਜੋਬਸ ਲੱਭਣ 'ਤੇ ਆਪਣੇ ਕਰੀਅਰ 'ਤੇ ਜੇ ਫੋਕਸ ਕਰ ਦੋਗੇ ਤਾਂ ਉਹ ਚੀਜ਼ ਨੇ ਤੁਹਾਨੂੰ ਹੈਲਪ ਕਰ ਦੇਣਾ। ਬਾਕੀ ਗਾਣੇ ਸੁਣੀ ਚਲੋ, ਚਿੱਲ ਮਾਰੋ, ਜੋ ਕਰਨਾ ਕਰੋ, ਇਟਸ ਯੋਰ ਲਾਈਫ, ਆਮ ਨੋਟ ਸੇਇੰਗ ਐਨੀਥਿੰਗ। ਪਰ ਮੇਰੇ ਕਹਿਣ ਦਾ ਮਤਲਬ ਕਿ ਜੇ ਤੁਹਾਡੇ ਘਰਦਿਆਂ ਦੇ ਪੈਸੇ ਲੱਗੇ ਹੋਏ ਨੇ ਇੰਨੇ ਜ਼ਿਆਦਾ, ਮੇਕ ਸ਼ੋਰ ਯੂ ਵੈਲਿਊ ਇਟ, ਮੇਕ ਸ਼ੋਰ ਯੂ ਡੋਂਟ ਗਿਵ ਅਪ ਔਨ ਲਿਟਲ ਥਿੰਗਸ। ਛੋਟੀ ਮੋਟੀ ਗੱਲ 'ਤੇ ਐਵੇਂ ਹਿੱਲਣਾ ਨਹੀਂ ਚਾਹੀਦਾ। ਜ਼ਰੂਰ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਤੁਹਾਨੂੰ ਉਹਦੇ ਰਿਜ਼ਲਟਸ ਅੱਛੇ ਮਿਲਣੇ ਆ, ਜੇ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਤਾਂ ਵਰਕ ਪਰਮਿਟ ਵੀ ਮਿਲੇਗਾ, ਜਿੱਥੇ ਤੁਹਾਨੂੰ ਵਰਕ ਪਰਮਿਟ ਦੀ ਆਪਸ਼ਨ ਮਿਲ ਗਈ। ਆਈ ਐਮ ਡੈਡ ਸ਼ੋਰ ਕਿ ਤੁਹਾਡੇ ਵਿੱਚ ਇੰਨੀ ਕੇਪੇਬਿਲਿਟੀ ਹੈਗੀ ਆ ਕਿ ਤੁਸੀਂ ਇੱਕ ਅੱਛੀ ਕੰਪਨੀ 'ਚ ਜੋਬ ਲੱਭ ਸਕੋ, ਕਿਸੇ ਨੂੰ ਬਾਂਹ ਫੜ ਕੇ ਤੁਹਾਨੂੰ ਜੋਬ ਲੱਭ ਕੇ ਦੇਣ ਦੀ ਲੋੜ ਨਹੀਂ ਆ। ਸੋ ਫਿਰ ਵੀ ਜੇ ਤੁਹਾਨੂੰ ਕੋਈ ਵੀ ਕੁਐਸਚਨ, ਕੋਈ ਵੀ ਕੁਐਰੀ ਆ ਨਾ, ਐਨੀ ਟਾਈਮ ਤੁਸੀਂ ਯੂਟਿਊਬ ਦੇ ਥੱਲੇ ਕਮੈਂਟ ਛੱਡ ਸਕਦੇ ਹੋ, ਜਾਂ ਫਿਰ ਜੇ ਤੁਹਾਨੂੰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ, ਮੇਕ ਸ਼ੋਰ ਯੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਅਤੇ ਹਿੱਟ ਬੈਲ ਬਟਨ। ਅਤੇ ਅਸੀਂ ਇਹੋ ਜਿਹੀਆਂ ਮਤਲਬ ਵਾਰਨਿੰਗ ਵਾਲੀਆਂ ਵੀਡੀਓਜ਼ ਤੋਂ ਇਲਾਵਾ ਯਾਰ ਨੋਰਮਲ ਵੀਡੀਓਜ਼ ਵੀ ਬਣਾਉਂਦੇ ਹਾਂ। ਵੀ ਮੇਕ ਵੀਡੀਓਜ਼ ਔਨ ਡਿਫਰੈਂਟ ਪ੍ਰੋਗਰਾਮਸ ਜਿਹੜੇ ਸਟੱਡੀਜ਼ ਲਈ ਹੁੰਦੇ ਨੇ ਕੈਨੇਡਾ ਦੇ ਵਿੱਚ, ਉਹਨਾਂ ਉੱਤੇ ਵੀਡੀਓਜ਼ ਕਰਦੇ ਹਾਂ, ਪੰਜਾਬੀ ਸ਼ਾਇਰੀ, ਸਪੋਕਨ ਵਰਡ ਵੀਡੀਓਜ਼ ਕਰਦੇ ਹਾਂ, ਅਤੇ ਵੈਸੇ ਵੀ ਜਿਹੜੇ ਨੋਰਮਲੀ ਡੇ ਟੂ ਡੇ ਵਲੋਗਸ ਹੁੰਦੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀਦਾ। ਹਾਂਜੀ, ਜੇ ਸਟੂਡੈਂਟ ਲਾਈਫ ਤਾਂ ਕੋਈ ਜ਼ਿਆਦਾ ਕੋਈ ਵੀ ਇੰਪੋਰਟੈਂਟ ਚੀਜ਼ ਹੁੰਦੀ ਆ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ। ਅਤੇ ਇੱਕ ਹੋਰ ਗੱਲ, ਜਿਹੜੇ ਸੱਜਣ ਮਿੱਤਰ ਹਜੇ ਆ ਰਹੇ ਨੇ ਕੈਨੇਡਾ, ਜਨਵਰੀ ਦੇ ਵਿੱਚ ਸਟੂਡੈਂਟ ਇਵੈਂਟ ਕਰਾਉਣ ਜਾ ਰਹੇ ਹਾਂ 18th of January ਨੂੰ ਮੋਂਟਰੀਅਲ ਦੇ ਵਿੱਚ, ਸੈਕਿੰਡ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਇਵੈਂਟ ਔਰ ਮੋਂਟਰੀਅਲ ਇੰਟਰਨੈਸ਼ਨਲ ਸਟੂਡੈਂਟ ਇਵੈਂਟ। ਪਲੀਜ਼ ਮੇਕ ਸ਼ੋਰ ਯੂ ਸਟੇ ਟਿਊਨਡ ਔਨ ਆਰ ਯੂਟਿਊਬ ਚੈਨਲ, ਹੋਰ ਅਪਡੇਟਸ ਤੁਹਾਡੇ ਨਾਲ ਜਲਦੀ ਕਰਾਂਗੇ ਸ਼ੇਅਰ। ਅਤੇ ਫਿਲਹਾਲ ਜਾਂਦੇ ਜਾਂਦੇ ਇਹ ਵੀ ਕਹਿਣਾ ਚਾਹੁੰਗਾ ਕਿ ਜੇ ਤੁਹਾਨੂੰ ਹਜੇ ਵੀ ਕੋਈ ਕੁਐਸਚਨ ਕੁਐਰੀ ਆ, ਤੁਸੀਂ ਸਾਡੇ ਸੋਸ਼ਲ ਨੈਟਵਰਕ 'ਤੇ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ। ਇੰਸਟਾਗ੍ਰਾਮ 'ਤੇ ਯਾਰ ਬਹੁਤ ਸਾਰੇ ਕੁਐਸਚਨ ਦੇ ਆਨਸਰ ਨਹੀਂ ਦੇ ਪਾਉਂਦੇ ਕਿਉਂਕਿ ਨੰਬਰ ਆਫ ਕੁਐਰੀਜ਼ ਜ਼ਿਆਦਾ ਹੁੰਦੀਆਂ ਨੇ, ਪਰ ਤੁਹਾਡੇ ਦਿੱਤੇ ਹੋਏ ਕੁਐਸਚਨ
ਤੁਹਾਡੇ ਦਿੱਤੇ ਹੋਏ ਸੁਜੈਸ਼ਨ ਦੇ ਉੱਤੇ ਸੌਰੀ ਸੁਜੈਸ਼ਨਸ ਤੁਹਾਡੇ ਦਿੱਤੇ ਹੋਏ ਕੁਐਸਚਨਸ ਤੁਹਾਡੇ ਦਿੱਤੇ ਹੋਏ ਸੁਜੈਸ਼ਨਸ ਦੇ ਉੱਤੇ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਰਹਾਂਗੇ। ਅਤੇ ਅੱਛਾ ਇੱਕ ਹੋਰ ਗੱਲ, ਤੁਹਾਡੇ ਸਾਰਿਆਂ ਦੇ ਜਿਵੇਂ ਕਮੈਂਟਸ ਆਏ ਸੀ ਕਿ ਤੁਹਾਨੂੰ ਮੈਂ ਪਹਿਲਾਂ ਪ੍ਰੋਮਿਸ ਕੀਤਾ ਸੀ ਲਾਈਵ ਦੇ ਵਿੱਚ ਕਿ ਆਪਾਂ ਯੂਨੋ ਇੱਕ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਆਪਣੇ ਚੈਨਲ 'ਤੇ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਉਹ ਤੁਹਾਡੇ ਲਾਈਵ ਕੁਐਸਚਨ ਆਂਸਰ ਕਰ ਸਕਣ। ਤੁਹਾਨੂੰ ਪਤਾ ਕਿ ਅਸੀਂ ਸਿਰਫ ਇਨਫੋਰਮੇਸ਼ਨ ਕਲੈਕਟ ਕਰਕੇ ਤੁਹਾਡੇ ਤੱਕ ਲੈ ਕੇ ਆਈ ਦੀ ਆ, ਬਟ ਅ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਕੈਨ ਆਂਸਰ ਯੋਰ ਕੁਐਸਚਨਸ ਟੂ ਦ ਬੈਸਟ। ਸੋ ਜਿੰਨੇ ਵੀ ਕੁਐਸਚਨ ਹੋ ਸਕਣਗੇ ਥਰਸਡੇ ਨੂੰ ਆ ਰਹੇ ਵੀਰਵਾਰ ਨੂੰ ਇੰਡੀਆ ਟਾਈਮ ਸ਼ਾਮੀ 9:30 ਵਜੇ, ਪਲੀਜ਼ ਮੇਕ ਸ਼ੋਰ ਸਟੇ ਟਿਊਨ ਟੂ ਆਰ ਯੂਟਿਊਬ ਚੈਨਲ ਚੈੱਕ ਚੈੱਕ ਜੌਨੀ ਹੰਸ। ਅਤੇ ਜਸਵਿੰਦਰ ਬਾਜਵਾ ਜੀ ਆਉਣਗੇ ਆਪਣੇ ਇਸ ਯੂਟਿਊਬ ਚੈਨਲ 'ਤੇ, ਅਤੇ ਉਹਨਾਂ ਤੋਂ ਪੁੱਛਾਂਗੇ ਸਵਾਲ, ਤੁਸੀਂ ਲਾਈਵ ਆਪਣੇ ਕੁਐਸਚਨਸ ਪੁੱਛ ਸਕਦੇ ਹੋ ਅਤੇ ਯੂ ਵਿਲ ਗੈਟ ਯੋਰ ਆਨਸਰਸ ਰਾਈਟ ਔਨ ਦਾ ਸਪੋਟ। ਇਸੇ ਨਾਲ ਫਿਲਹਾਲ ਮੈਂ ਜੌਨੀ ਹੰਸ ਲੈਣਾ ਇਜਾਜ਼ਤ, ਹੱਸਦੇ ਮੁਸਕਰਾਉਂਦੇ ਰਹੋ ਸੱਜਣ ਜੀ, ਰੱਬ ਰੱਖਾ।